ਸੱਚੀ ਗੱਲ ਜੀ ਸਾਰਿਆਂ ਨੂੰ ਤੁਸੀਂ ਸੁਣੋ ਜੀ ਤੁਹਾਡਾ ਆਪਣਾ ਚੈਨਲ ਇਹਦਾ ਪੰਜਾਬੀ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰੋ ਜੀ ਸਭ ਤੋਂ ਪਹਿਲਾਂ ਚੱਲਦੇ ਆਂ ਜੀ ਅਸੀਂ ਕੱਲ ਦੀ ਜੋ ਅਸੀਂ ਨਿਊਜ਼ ਸੁਣਾਈ ਸੀ ਜਿੱਥੇ 400 ਬਰਾਤੀਆਂ ਸਮੇਤ ਲਾੜਾ ਲਾੜੀ ਨੂੰ ਵੀ ਸ਼ਗਨ ਦਿੱਤਾ ਗਿਆ ਜੀ ਸਭ ਤੋਂ ਪਹਿਲੀ ਜਿਹੜੀ ਗੱਲ ਹੈ ਜੀ ਦੋ ਪਾਸੇ ਵਿਆਹ ਹੋਏ ਸੀ ਜਿਸ ਵੈਬਸਾਈਟ ਉੱਤੇ ਪੜਿਆ ਉਹਨਾਂ ਨੇ ਵੀ ਅਪਡੇਟ ਕੀਤਾ ਬਹੁਤ ਸਾਰੀਆਂ ਸਾਨੂੰ ਕਮੈਂਟ ਆ ਰਹੀਆਂ ਸੀ ਇਸ ਕਰਕੇ ਅਸੀਂ ਸਪੈਸ਼ਲੀ ਦੁਆਰਾ ਵੈਰੀਫਾਈ ਕਰਨ ਗਿਆ ਜੀ ਉਸ ਉਹਦੇ ਹਿਸਾਬ ਦੇ ਨਾਲ ਕਿਹੜੀ ਗੱਲ ਸਾਹਮਣੇ ਆਈ ਜੀ ਇਹਦੇ ਹਿਸਾਬ ਨਾਲ ਇਹ ਗੱਲ ਸਾਹਮਣੇ ਆਈ ਆ ਕਿ ਪੁਨਤੀਨਾ ਦੇ ਵਿੱਚ ਜਿਹੜਾ ਸਗਾ ਆਪਾਂ ਗੱਲ ਕੀਤੀ ਲਾਤੀਨਾ ਦਾ ਜਿਹੜਾ ਪ੍ਰੋਵਿੰਸ ਸੀ ਉਹਦੇ ਵਿੱਚ ਹੁਣ ਵੀ ਦੱਸਿਆ ਗਿਆ 82 ਬੰਦੇ ਮੌਜੂਦ ਸਨ ਪਰ ਜੋ ਕਹਿੰਦੇ ਨੇ ਸਿਆਣੇ ਕਿ ਜਿਸ ਤਨ ਲਾਗੇ ਉਹੀ ਤਨ ਜਾਣੇ ਪੀੜ ਪੜਾਈ ਕੋਈ ਨਾ ਜਾਣੇ ਉਸੇ ਸਾਹ ਦੇ ਨਾਲ ਜਿਹੜੇ ਬਰਾਤੀ ਸੀ ਵਿੱਚ ਜੇਕਰ ਸਾਨੂੰ ਕੋਈ ਸੁਣਦਾ ਤੇ ਸਾਨੂੰ ਕਮੈਂਟ ਜਰੂਰ ਕਰਕੇ ਦੱਸੋ ਕਿ ਸਾਨੂੰ ਕਮੈਂਟ ਆ ਰਹੀਆਂ ਕਿ 400 ਬੰਦਾ ਨਹੀਂ ਸੀ ਜਿੱਥੇ 400 ਬੰਦਾ ਹੀ 200 ਡੀਜੇ বাজ ਰਿਹਾ ਸੀ ਉਹ ਪਿੰਡ ਲੇਚੇ ਦੇ ਵਿੱਚ ਪੈਂਦਾ ਜੀ ਪਿੰਡ ਦਾ ਨਾਮ ਲਰਦੋਆ ਤੇ ਜਿਹੜਾ ਲੋਕਾਲੇ ਸੀ ਲੋਕਾਲੇ ਦਾ ਨਾਮ ਲਾ ਫੈਬ੍ਰਿਕਾ ਸਗਾ ਕਿਉਂਕਿ ਆਪਡੇਟਡ ਨਿਊਜ਼ ਅਸੀਂ ਇਸੇ ਕਰ ਤੁਹਾਨੂੰ ਦੱਸਣੀ ਜ਼ਰੂਰ ਚਾਹੀਦੀ ਆ ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਕਿਸੇ ਹੋਰ ਪਾਸੇ ਆਪਣੇ ਕਿਸੇ ਪੰਜਾਬੀ ਪੰਜਾਬੀ ਵੀਰ ਕਿਸੇ ਆਪਣੇ ਫੈਮਿਲੀ ਦੇ ਨਾਲ ਵੀ ਇਦਾਂ ਦੀ ਘਟਨਾ ਵਾਪਰੀ ਜ ਸਾਡੇ ਸਾਰਿਆਂ ਦੇ ਨਾਲ ਬਰਾਤੀਆਂ ਦੇ ਨਾਲ ਲਾੜਾ ਲਾੜੀ ਦੇ ਪਰਿਵਾਰਾਂ ਦੇ ਨਾਲ ਪੂਰੀ ਹਮਦਰਦੀ ਹੈ ਜਿੱਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਸੀ ਹਾਂਜੀ ਪੰਜ ਦਿਨਾਂ ਲਈ ਮੈਰਿਜ ਜਿਹੜਾ ਪੈਲੇਸ ਹਾਉਨ ਨੂੰ ਬੰਦ ਕਰ ਦਿੱਤਾ ਗਿਆ ਜੀ ਸ਼ਗਨ ਹੁਣ ਸਾਡਾ ਕਿਸੇ ਦਾ ਵੀ ਮੂਡ ਆਪਾਂ ਜੋ ਸਾਡਾ ਮਨਛਾ ਨਹੀਂ ਸੀ ਕਿਸੇ ਦਾ ਮਜ਼ਾਕ ਉਡਾਉਣ ਦੀ ਪਰ ਜੋ ਨਿਊਜ਼ ਸੀ ਅਸੀਂ ਉਹਨੂੰ ਨਿਊਜ਼ ਦੇ ਤਰ੍ਹਾਂ ਹੀ ਦੱਸਿਆ ਜੇਕਰ ਇਦਾਂ ਹੋਇਆ ਵੈਸੇ ਤੁਸੀਂ ਰਿਕੋਰਸੋ ਵੀ ਕਰ ਸਕਦੇ ਹੋ ਕਿ ਤੁਸੀਂ ਜੇ ਮੂਲ ਤਾਂ ਇਹ ਜੁਰਮਾਨਾ ਨਹੀਂ ਤਾਰਨਾ ਚਾਹਦੇ ਰਿਕੋਰਸੋ ਦੀ ਗੱਲ ਕਿਉਂ ਕੀਤੀ ਹੈ ਜੀ ਰਿਕੋਰਸੋ ਦੀ ਗੱਲ ਇਸ ਕਰਕੇ ਕੀਤੀ ਹੈ ਇੱਕ ਬੰਦੇ ਨੂੰ ਫਰਾਡ ਦੇ ਕੇਸ ਵਿੱਚ ਉਹਦੇ ਪੇਪਰ ਵਾਪਸ ਲੈ ਲਏ ਗਏ ਸਨ ਹਾਂਜੀ ਇੱਕ ਮਾਰੋਕੀਨੀ ਸੀ ਉਹਨੂੰ ਗਿਆ ਕਿ ਜਿਹੜੇ ਤੂੰ ਪੇਪਰ ਬਣਾਇਆ ਜਿਹੜੀ ਤੇਰੀ ਕੋਧ ਡੁਪਲੀਕੇਟ ਆ ਉਹਨੂੰ ਫੋਰੀ ਵੀਜ਼ਾ ਮਿਲ ਗਿਆ ਕੰਟਰੀ ਜੋਟ ਮਿਲ ਗਿਆ ਤੇ ਬਾਅਦ ਵਿੱਚ ਰਿਕੋਰਸੋ ਕੀਤੀ ਤਾਰ ਦੇ ਵਿੱਚ ਸਿੱਟੇ ਵਜੋਂ ਕੀ ਹੋਇਆ ਜੀ ਸਿੱਟੇ ਵਜੋਂ ਹੋਇਆ ਇਹ ਕਿ ਹੁਣ ਉਹ ਜਿਹੜਾ ਸਰਕਾਰ ਨੇ ਉਹਨੂੰ ਪੈਸੇ ਵਾਪਸ ਕਰਨੇ ਪੈਣੇ ਆ ਜਿਹੜੇ ਉਹਨੇ ਵਕੀਲ ਉੱਤੇ ਵੀ ਖਰਚੇ ਆ ਹੁਣ ਜੇ ਖਰਚਾ ਵਾਪਸ ਦੀ ਹੀ ਗੱਲ ਕਰਦੇ ਆਂ ਜੀ 2011 ਦੇ ਵਿੱਚ ਹਰ ਉਹ ਬੰਦਾ ਜਿਹੜਾ ਇਟਲੀ ਦੇ ਵਿੱਚ 2011 ਤੋਂ ਪਹਿਲਾਂ ਦਾ ਰਹਿ ਰਿਹਾ ਹਰ ਉਸ ਬੰਦੇ ਨੂੰ ਪਤਾ ਹੈ ਕਿ ਇਟਲੀ ਦੇ ਵਿੱਚ ਜਦੋਂ ਸਜੋਰ ਨੂੰ ਨਿਊ ਕਰਦੇ ਸੀ ਉਸ ਵੇਲੇ ਜੋ ਖਰਚਾ ਆਂਦਾ ਸੀ 16 ਰੁਪਏ ਦੀ ਮਾਰਕਾ ਦੀ ਬੋਲੋ 27.5 ਰੁਪਏ ਲੱਗਦੇ ਸੀ ਉਹ ਆਪਣਾ ਜਿਹੜਾ ਆਪਾਂ ਭਰਦੇ ਹੀ ਪੈਸੇ ਭੇਜਦੇ ਸੀ ਸਰਕਾਰ ਨੂੰ ਟੈਕਸ ਧਾਰਦੇ ਹੀ ਤੇ 30000 ਰੁਪਏ ਲੱਗਦੇ ਸੀ ਸਾਡੇ ਪੋਸਟ ਆਫਿਸ ਦੀ ਜਿਹੜੀ ਕਿਟ ਉਹਦਾ ਰੇਟ ਸੀਗਾ 30000 ਉਸ ਤੋਂ ਬਾਅਦ 2011 ਤੋਂ ਲੈ ਕੇ 2016 ਤੱਕ ਰੇਟ ਵਧ ਗਿਆ ਜੀ ਸਜੋਰ ਨੂੰ ਆंदे ਜੋ 80 ਤੋਂ ਲੈ ਕੇ 200 ਰੁਪਏ ਤੱਕ ਜਾਂਦੇ ਸੀ ਡਿਪੈਂਡ ਕਰਦਾ ਸੀ ਕਿਹੜੇ ਕਿੰਨੇ ਸਾਲਾਂ ਦੀ ਸਜੋਰ ਨੂੰ ਮਿਲਦੀ ਹੈ 80 ਰੁਪਏ ਸੀਗੇ ਜੇ 3 ਮਹੀਨੇ ਤੋਂ ਜ਼ਿਆਦਾ ਆ 100 ਰੁਪਏ ਸੀਗੇ ਜੇ 1 ਸਾਲ ਤੋਂ ਜ਼ਿਆਦਾ ਤੇ 2 ਤੋਂ ਘੱਟ ਆ ਜੇ 2 ਸਾਲ ਤੋਂ ਜ਼ਿਆਦਾ ਤਾਂ 200 ਰੁਪਏ ਲੱਗਦਾ ਹੈ ਖੋਣ ਬਹੁਤ ਸਾਰੇ ਵੀਰਾਂ ਦਾ ਬੜਾ ਕਮੈਂਟ ਆ ਨਾ ਭਾਜੀ ਤੁਹਾਨੂੰ ਲੱਗਦਾ ਭਲੇਖਾ 2016 ਤੋਂ ਬਾਅਦ ਨਹੀਂ ਹੁਣ ਵੀ ਪੈਸੇ ਜ਼ਿਆਦਾ ਲੱਗਦੇ ਨੇ ਪਰ ਜੋ ਕਹਾਣੀ ਅਸੀਂ ਤੁਹਾਨੂੰ ਦੱਸਣ ਜਾ ਰਹੇ ਨੇ ਉਹ ਹੈ ਜੀ 15 ਗਰੁੱਪ ਵਾਲੇ ਬੰਦਿਆਂ ਨੇ ਤਕਰੀਬਨ 15 ਬੰਦੇ ਰਲੇ ਯਾਰ ਬੈਲੀ ਉਹਨਾਂ ਨੇ ਮੇਰੇ ਹਿਸਾਬ ਨਾਲ ਹਲਦੀ ਰਾਮ ਦਾ ਜਿਹੜਾ ਗੱਪਸ਼ਪ ਵਾਲਾ ਉਹਨਾਂ ਨੇ ਆਹ ਗਿਰੀਆਂ ਖਾਧੀਆਂ ਤੇ ਪਹੁੰਚ ਗਏ ਜੀ ਤਾਰ ਦੇ ਕੋਲ ਤਾਰ ਕੋਲ ਤਾਰ ਵਾਲੇ ਕੌਣ ਆ ਜੀ ਇਹ ਇੱਕ ਐਸੀ ਕੋਡ ਆ ਜਿੱਥੇ ਕਿਸੇ ਵੀ ਚੀਜ਼ ਦਾ ਤੁਸੀਂ ਰਿਕੋਰਸ ਉਹ ਕਰ ਸਕਦੇ ਆ ਐਗਜ਼ੈਂਪਲ ਦੇ ਤੌਰ ਤੇ ਜਿਦਾ ਫੇਰਨ ਲਵਲੀ ਆ ਇਦਾਂ ਦੀਆਂ ਵੀ ਸਾਨੂੰ ਜੀ ਇਹਨਾਂ ਨੇ ਵੱਡਾ ਘੜ ਦਿੱਤਾ ਚਿੱਟੇ ਕਰਨ ਨੂੰ ਅਸੀਂ ਚਿੱਟੇ ਨਹੀਂ ਹੋਏ ਉਹ ਵੀ ਤੁਸੀਂ ਐਗਜ਼ੈਂਪਲ ਅਸੀਂ ਦੇ ਰਹੇ ਹੇ ਇਟਲੀ ਦੇ ਵਿੱਚ ਇਦਾਂ ਨਹੀਂ ਕੋਈ ਤੁਹਾਨੂੰ ਦਾਵਾ ਕਰਦੀ ਆ ਤਾਰ ਵਿੱਚ ਜਾ ਕੇ ਉਹਦੇ ਸਰ ਦਾਵਾ ਕਰਿਆ ਉਹਦੇ ਸਰ ਤੁਸੀਂ ਕੇਸ ਕਰ ਸਕਦੇ ਹੋ ਤੇ ਕੇਸ ਜਿੱਤ ਗਏ ਹੁਣ ਸਰਕਾਰ ਨੂੰ ਮੋੜਨੇ ਪੈਣੇ ਆ ਉਹ ਜਿਹੜੇ ਪੈਸੇ ਐ ਐਕਸਟਰਾ ਲਏ ਆ ਹੁਣ ਸਰਕਾਰ ਦੇ ਪੈਸੇ ਵਾਪਸ ਦੀ ਹੀ ਗੱਲ ਕਰਦੇ ਨੇ ਇੱਕ ਪਾਸੇ ਹੋਰ ਅਹ ਫੈਮਿਲੀ ਸੀ ਜੋ 2017 ਦੇ ਵਿੱਚ ਜਿਨੇ ਸਰਕਾਰ ਉੱਤੇ ਕੇਸ ਕੀਤਾ 500 ਯੂਰੋ ਨੂੰ ਵਾਪਸ ਕਰਨਾ ਪੈ ਗਿਆ ਹੁਣ ਜੇ ਮੋਟਾ-ਮੋਟਾ ਹਿਸਾਬ ਲਾਈਏ ਤਕਰੀਬਨ 160 ਮਿਲੀਅਨ ਹਾਂਜੀ 160 ਮਿਲੀਅਨ ਜਿਹੜੇ ਆ ਇਹਨਾਂ ਨੂੰ 10 ਕਰੋੜ 60 ਲੱਖ 1 ਮਿਲੀਅਨ 'ਚ 10 ਲੱਖ ਹੁੰਦੇ ਆ 160 ਮਿਲੀਅਨ ਯੂਰੋ ਇਹਨਾਂ ਨੂੰ ਵਾਪਸ ਕਰਨਾ ਪੈਣਾ ਜੇ ਇਹੋ 5 ਸਾਲ ਦਾ ਹਿਸਾਬ ਲਾਣ ਤੇ ਜੇ ਤੁਸੀਂ ਵੀ ਸਾਰੇ ਆਪਣੇ 80000 ਰੁਪਏ ਦਾ ਫੈਮਿਲੀ ਦੇ ਵਿੱਚ ਤੁਸੀਂ ਜਿੰਨੇ ਮੈਂਬਰ ਸੀਗੇ 4 ਮੈਂਬਰ 5 ਮੈਂਬਰ ਤੁਹਾਨੂੰ 2-200 ਰੁਪਏ 5 ਮੈਂਬਰ ਦੇ ਹਿਸਾਬ ਨਾਲ 1000 ਰੁਪਏ ਦੀ ਪੈ ਗਈ ਹੈ ਨਾ ਤੁਸੀਂ ਉਹ ਪੈਸੇ ਪਾਪਸ ਕਰ ਸਕਦੇ ਆ ਘੱਟ ਤੋਂ ਘੱਟ 5-6 ਬੰਦੇ ਰਲ ਕੇ ਚੱਲ ਜੋ ਕਿਉਂ ਇਕੱਲੇ ਬੰਦੇ ਦਾ ਜਿੱਦਾਂ ਕਹਿੰਦੇ ਆ ਕਿ ਭਾਰ ਥੋੜਾ ਘੱਟ ਹੁੰਦਾ ਜੇ 5-10 ਬੰਦੇ ਹੋ ਜਾਣ ਤਾਂ ਫਿਰ ਉਹ ਜ਼ਿਆਦਾ ਤਗੜਾ ਲੱਗਦਾ ਮੈਂ ਕਹਾਂ ਤੁਹਾਨੂੰ ਇਹ ਵੀ ਗੱਲਾਂ ਦਾ ਪਤਾ ਹੋਣਾ ਚਾਹੀਦਾ ਜੇ ਤੁਸੀਂ ਇਦਾਂ ਦੀਆਂ ਵੀ ਨਿਊਜ਼ਾਂ ਚਾਹਦੇ ਆ ਕਿ ਕਿਦਾਂ ਸਰਕਾਰ ਦੇ ਮੂਰੇ ਗੱਲਬਾਤ ਹੋਈ ਤਾਂ ਤੁਹਾਨੂੰ ਉਹ ਵੀ ਅਸੀਂ ਦੱਸਿਆ ਕਰਾਂਗੇ ਜੀ ਚੱਲਦੇ ਆਂ ਜੀ ਆਪਣੀਆਂ ਨਿਊਜ਼ਾਂ ਵੱਲ ਇਟਲੀ ਦਾ ਅਪਡੇਟ ਦੇਖਦੇ ਆਂ ਇਟਲੀ ਅੱਜ ਫੇਰ ਹਾਂਜੀ ਅੱਜ ਇੱਕ ਵਾਰ ਫੇਰ ਇਟਲੀ ਦੇ ਵਿੱਚ ਵਧੀ ਗਿਣਤੀ ਕਿੰਨੀ ਵਧ ਗਈ ਹੈ ਜੀ ਵਧ ਕੇ ਹੋ ਗਈ ਹੈ 11705 2304 ਮਰੀਜ਼ ਹੋਇਆ ਠੀਕ ਹੈ ਤੇ 69 ਮਰੀਜ਼ਾਂ ਦੀ ਹੋਈ ਮੌਤ ਇਟਲੀ ਦੇ ਵਿੱਚ ਅੱਜ ਇਸ ਕੋਵਿਡ-19 ਜੋ ਇਸ ਮਹਾਂਮਾਰੀ ਦੇ ਨਾਲ ਜੇ ਟੈਸਟਾਂ ਦੀ ਗੱਲ ਕੀਤੀ ਜਾਵੇ ਕਿ ਟੈਸਟ ਕਿੰਨੇ ਕੀਤੇ ਗਏ ਨੇ ਅੱਜ ਇਟਲੀ ਦੇ ਵਿੱਚ 146500 41 146541 ਟੈਸਟ ਕੀਤਾ ਗਿਆ ਕੱਲ 165837 ਤਕਰੀਬਨ 19 20000 ਕੱਲ ਦੇ ਨਾਲ ਟੈਸਟ ਘਟ ਸੀ ਜੇ ਜਿੰਨਾ ਟੈਸਟ ਕੱਲ ਕੀਤਾ ਗਿਆ ਜੇ ਉਨਾ ਹੀ ਟੈਸਟ ਕਰਦੇ ਤਾਂ ਇਹ ਜੋ ਅੰਕੜਾ ਤੁਸੀਂ ਗਿਣਤੀ ਦੇਖ ਰਹੇ ਹੋ 11705 11720 ਵੀ ਹੋ ਸਕਦੀ 30 ਵੀ ਹੋ ਸਕਦੀ ਜਿਆਦਾ ਵੀ ਹੋ ਸਕਦੇ ਬਹੁਤ ਡਿਪੈਂਡ ਕਰਦਾ ਜੀ ਕਿੰਨੇ ਟੈਸਟ ਕੀਤੇ ਜਾਂਦੇ ਨੇ ਉਸ ਉੱਤੇ ਕਿ ਆਪਣਾ ਜਿਹੜਾ ਕੇਸ ਕਿੰਨੇ ਆਣੇ ਕਿਉਂਕਿ ਜਿੰਨੇ ਬੰਦਿਆਂ ਨੇ ਪੇਪਰ ਪਾਏ ਉਹਨਾਂ ਜੋ ਕਿੰਨੇ ਬੰਦੇ ਪਾਸ ਹੋਏ ਕਿੰਨੇ ਫੇਲ ਹੋਏ ਉੱਤੇ ਹੀ ਡਿਪੈਂਡ ਕਰਦਾ ਤੇ ਜੇ ਇਸ ਟਾਈਮ ਅਸੀਂ ਰਿਕਾਰਡਿੰਗ ਕਰ ਰਹੇ ਹਾਂ ਜੀ 54155 ਇੰਡੀਆ ਦੇ ਵਿੱਚ ਕੇਸ 62829 ਕੇਸ ਆ ਗਏ 62829 ਮਰੀਜ਼ ਠੀਕ ਨੇ 556 ਦੀ ਹੋ ਚੁੱਕੀ ਹੈ ਮੌਤ ਹਰਿਆਣਾ ਦੇ ਵਿੱਚ 952 ਨਵੇਂ ਕੇਸ 1175 ਠੀਕ ਕੋਈ ਵੀ ਮਰਨ ਦੀ ਅੱਜ ਅਪਡੇਟ ਨਹੀਂ ਆਇਆ ਆਪਣੇ ਹਰਿਆਣੇ ਦੇ ਤੋਂ ਬਹੁਤ ਵਧੀਆ ਗੱਲ ਹੈ ਜੀ ਪੰਜਾਬ ਨੇ ਆਪਣਾ ਅਪਡੇਟ ਨਹੀਂ ਕੀਤਾ ਜੇ ਇਸ ਵੇਲੇ ਅਸੀਂ ਰਿਕਾਰਡਿੰਗ ਕਰ ਰਹੇ ਹਾਂ ਜੀ ਪਾਕਿਸਤਾਨ ਵੱਲ ਵੀ ਇੱਕ ਨਜ਼ਰ ਮਾਰ ਲਈਏ ਜੀ ਫਿਰ ਚੱਲਦੇ ਹਾਂ ਆਪਣੀ ਇਟਲੀ ਦੀਆਂ ਮੇਨ ਖਬਰਾਂ ਵੱਲ ਜੋ ਚਰਚਾ ਵਿੱਚ ਚੱਲ ਰਹੀਆਂ ਨੇ ਪਾਕਿਸਤਾਨ ਦੇ ਵਿੱਚ 567 ਨਵੀਂ ਕੇਸ 16 ਦੀ ਹੋਈ ਮੌਤ 429 ਹੋਏ ਠੀਕ 32000 ਹੋਇਆ ਟੈਸਟ 1,1559 ਟੋਟਲ ਹੁਣ ਤੱਕ ਦੇ ਕੰਫਰਮ ਕੇਸ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਪਾਏ ਗਏ ਨੇ ਜੇ ਇਟਲੀ ਇਟਲੀ ਦੇ ਟੌਪ 5 ਸਟੇਟਾਂ ਦੀ ਗੱਲ ਕਰੀ ਤਾਂ ਇਹਦੇ ਵਿੱਚ ਲੁੰਬਰ ਦੀਆਂ ਕੰਪਨੀਆਂ ਲਾਤਸਿਓ ਪੀਮੋਂਤੇ ਤੇ ਟਸਕਾਨਾ ਆਂਦੇ ਨੇ ਲੁੰਬਰ ਦੇ ਵਿੱਚ 2975 ਕੰਪਨੀਆਂ 1376 ਲਾਤਸਿਓ ਦੇ ਵਿੱਚ 11998 ਪੀਮੋਂਤੇ ਦੇ ਵਿੱਚ ਆਏ ਨੇ 1123 ਤੇ ਟਸਕਾਨਾ ਦੇ ਵਿੱਚ ਆਏ ਨੇ 906 ਕੇਸ ਨਵਾਂ ਆਇਆ ਜੀ ਵਿਆਹਾਂ ਸ਼ਾਦੀਆਂ ਦੀ ਗੱਲ ਚੱਲਦੀ ਸੀ ਤਾਂ ਇੱਕ ਗੱਲ ਤੁਹਾਡੇ ਮੋਰੇ ਹੋਰ ਰੱਖਦੇ ਆਂ ਜੀ ਵਿਆਹਾਂ ਦੇ ਨਾਲ ਹੀ ਆ ਜੀ ਇਸ ਟਾਈਮ ਦੂਸਰੀ ਵਾਰ ਲਗਾਤਾਰ ਹੋ ਗਿਆ ਜੀ ਕਿ ਇੱਕ ਔਰਤ ਇੱਕ ਜਣ ਮੀਆਂ ਬੀਬੀ ਆ ਜੋ ਇਥੇ ਇਟਲੀ ਦੇ ਵਿੱਚ ਵਿਆਹ ਕਰਾਣਾ ਚਾਹੁੰਦੇ ਨੇ ਉਹਨਾਂ ਨੂੰ ਦੂਸਰੀ ਵਾਰ ਆਪਣਾ ਜਿਹੜਾ ਵਿਆਹ ਆ ਰੱਦ ਕਰਨਾ ਪੈ ਗਿਆ ਪਹਿਲਾਂ ਲਾਕਡਾਊਨ ਲੱਗ ਗਿਆ ਸੀ ਹੁਣ 30 ਤੋਂ ਬਾਅਦ ਕਰ ਨਹੀਂ ਸਕਦੇ ਇਸ ਕਰਕੇ ਉਹਨਾਂ ਨੇ ਜੋ ਆਪਣਾ ਵਿਆਹ ਆ ਹੁਣ ਫੇਰ ਇੱਕ ਵਾਰ ਪੋਸਟਪੋਨ ਕਰ ਦਿੱਤਾ ਜੀ ਕਾਰਨ ਪੁੱਛਿਆ ਗਿਆ ਜੀ ਕਿਉਂ ਕਿਉਂਕਿ ਪਹਿਲਾਂ ਕਹਿ ਰਹੇ ਨੇ ਪਹਿਲਾਂ ਉਹਨਾਂ ਦਾ ਵਿਆਹ ਰੱਖਿਆ ਸੀ 28 ਮਾਰਚ ਨੂੰ ਲੱਗ ਗਿਆ ਲੋਕਡਾਊਨ ਹੁਣ ਉਹਨਾਂ ਨੇ ਰੱਖਿਆ ਸੀ 15 ਅਕਤੂਬਰ ਨੂੰ 15 ਅਕਤੂਬਰ ਨੂੰ ਕੀ ਹੋਇਆ ਜੀ ਕਹਿ ਰਹੇ ਨੇ ਕਿ 15 ਅਕਤੂਬਰ ਨੂੰ ਜੇ ਤੁਸੀਂ 30 ਬੰਦਿਆਂ ਨੂੰ ਇਨਵਾਈਟ ਕਰੋ ਤੇ ਘੱਟ ਤੇ ਘੱਟ 100 ਤੇ ਆਏ ਜਾਂਦਾ ਤੇ ਬਾਅਦ ਵਿੱਚ ਕਹਿੰਦੇ ਜਿਹੜੇ ਆਏ ਨੇ ਤੇ ਜਿਹੜੇ ਗਏ ਨੇ ਜਿਹੜੇ ਹੈਗੇ ਨੇ ਤੇ ਜਿਨ੍ਹਾਂ ਦੇ ਘਰ ਅਸੀਂ ਕਹਿੰਦੇ ਕਰੋਨਾ ਸਾਰਿਆਂ ਨੂੰ ਵਿਵਪਤਾ ਨਾ ਪਵੇ ਇਸ ਕਰਕੇ ਅਸੀਂ ਹੁਣ ਆਪਣੀ ਮਿਆਦੀ ਡੇਟ 2-3 ਮਹੀਨੇ ਅੱਗੇ ਕਰ ਲਈ ਹੈ ਬਹੁਤ ਅੜਚਣਾ ਪੈ ਰਹੀਆਂ ਸ਼ਾਇਦ ਇਹਨਾਂ ਨੂੰ ਕਿਸੇ ਪੰਡਤ ਨੂੰ ਕੁੰਡਲੀ ਦਿਖਾਣੀ ਚਾਹੀਦੀ ਹੈ ਜੀ ਚੱਲਦੇ ਹਾਂ ਜੀ ਇਹਦੇ ਨਾਲ ਅਸੀਂ ਇਸ ਦੇ ਨਾਲ ਕਿਸੇ ਵੀ ਮਨ ਨੂੰ ਠੇਸ ਨਹੀਂ ਪਹੁੰਚਾ ਰਹੇ ਕਈ ਵਾਰ ਪੰਡਤਾਂ ਦੇ ਕੋਲ ਵੀ ਹੁੰਦਾ ਹੈ ਜੀ ਕੁਛ ਇਹਨਾਂ ਕਿਸੇ ਚੀਜ਼ ਦਾ ਅਲਾਜ ਸਪਾਲਨਸਾਨੀ ਰੋਮਾ ਦਾ ਜਿਹੜਾ ਹਸਪੀਟਲ ਹੈ ਉਹਦੇ ਵਿੱਚ ਇੱਕ ਨਵਾਂ ਟੈਸਟ ਸ਼ੁਰੂ ਹੋ ਰਿਹਾ ਜੀ ਉਸ ਟੈਸਟ ਦੇ ਵਿੱਚ ਕੀ ਹੋਊਗਾ ਨੱਕ ਤੋਂ ਉਹ ਸੈਂਪਲ ਲਿਆ ਜਾਊਗਾ ਜੀ ਉਸ ਟੈਸਟ ਤੋਂ ਸ਼ਾਇਦ ਪਤਾ ਲੱਗ ਜਾ ਲੱਗਿਆ ਕਰੂਗਾ ਕਿ ਇਹ ਬੰਦਾ ਕਰੋਨਾ ਦਾ ਆ ਇਹ ਬੰਦਾ ਕੋਵਿਡ ਦਾ ਆ ਜਾਂ ਫਿਰ ਨਵਾਂ ਆਪਣਾ ਜਿਹੜਾ ਨਾਰਮਲ ਇਨਫਲੂਐਂਸਾ ਚੱਲ ਰਿਹਾ ਇਨਫਲੂਐਂਸਾ ਦੀ ਅਸੀਂ ਗੱਲ ਕਰੀਏ ਇਨਫਲੂਐਂਸਾ ਦੇ ਸਾਨ ਅੱਜ ਇੱਕ ਇੱਕ ਬੰਦਾ ਜੋ ਦਵਾਈਆਂ ਵੇਚਦਾ ਮੈਡੀਕਲ ਦਾ ਜਿਹੜਾ ਕੰਮ ਕਰ ਰਿਹਾ ਮੈਡੀਕਲ ਸਟੋਰ ਤੇ ਜਿਹੜਾ ਸਪਲਾਈ ਕਰਦੇ ਉਹਦੇ ਨਾਲ ਵੈਸੇ ਅੱਜ ਚਰਚਾ ਚੱਲ ਰਹੀ ਸੀ ਅਸੀਂ ਆਪਣੇ ਇੱਕ ਕਲਾਇੰਟ ਦੇ ਕੋਲ ਸੀਗੇ ਤੇ ਉਹ ਬੰਦਾ ਵੀ ਉੱਥੇ ਮੌਜੂਦ ਸੀ ਮੈਂ ਉਹਨੂੰ ਪੁੱਛਿਆ ਵੀ ਕੋਵਿਡ 19 ਵਾਰ ਤੇਰਾ ਕੀ ਹਾਲਤਾ ਵਗਾ ਕੰਟਰੈਕਟ ਕਰਨ ਵੇਲੇ ਉਹਦੀਆਂ ਅੱਖਾਂ ਪਾਫ ਜੰਮਦੀ ਆਹੀਂ ਤੇ ਜਦੋਂ ਪਤਾ ਲੱਗਾ ਜੀ ਉਹ ਕਰ ਰਿਹਾ ਸੀ ਕਹਿੰਦਾ ਇਹ ਜੋ ਬਿਮਾਰੀ ਆ ਅਸਲ ਦੇ ਵਿੱਚ ਤਿੰਨ ਪ੍ਰਕਾਰ ਦੀ ਆ ਮੈਂ ਕਿਹਾ ਤਿੰਨ ਪ੍ਰਕਾਰ ਦੀ ਕਿਦਾਂ ਮੈਂ ਚਲੋ ਤੁਹਾਨੂੰ ਵੀ ਦੱਸਦਾ ਕਹਿੰਦਾ ਮੱਝਾਂ ਗਾਵਾਂ ਭੇਡਾਂ ਤੇ ਸੂਰਾਂ ਦੇ ਵਿੱਚ ਮੈਂ ਕਿਹਾ ਅੱਛਾ ਤੇ ਕਹਿੰਦਾ ਜਿਹੜੀਆਂ ਗਾਵਾਂ ਬੱਕਰੀਆਂ ਜਾਂ ਭੇਡਾਂ ਜਾਂ ਹੋਰ ਜਿਹੜੀਆਂ ਹੁੰਦੇ ਆ ਇਹਨਾਂ ਦੇ ਲਈ ਵੈਕਸੀਨ ਬਣੀ ਆ ਤੇ ਜਿਹੜੇ ਸੂਰ ਨੇ ਇਹਨਾਂ ਦੇ ਲਈ ਵੈਕਸੀਨ ਬਣਦੀ ਨਹੀਂ ਹੈਗੀ ਕਿਉਂ ਕਹਿੰਦਾ ਵੀ ਸਾਲ ਕਾਂਦੀ ਹੈ ਕਈ ਵੇਲੇ ਕਿਸੇ ਸਾਲ ਆਂਦੀ ਹੈ ਕਿਸੇ ਸਾਲ ਨਹੀਂ ਆਂਦੀ ਜਿਹੜਾ ਮੁਰਤ阿里 ਤਾਂ ਹੁੰਦੀ ਹੈ ਵੀ ਕਿੰਨੇ ਕੁ ਮਰਦੇ 100 ਦੇ ਵਿੱਚੋਂ ਦੋ ਕੁ ਸੂਰ ਮਰ ਜਾਂਦੇ ਇਸ ਕਰਕੇ ਉਹਨਾਂ ਨੂੰ ਇੰਨਾ ਲੱਗਦਾ ਵੀ ਨਹੀਂ ਵੀ ਖਰਚਾ ਕੀਤਾ ਜਾਵੇ ਜੋ ਉਹਨੇ ਮੈਨੂੰ ਗੱਲਾਂ ਦੱਸੀਆਂ ਤੇ ਮੈਂ ਕਿਹਾ ਫਿਰ ਬੰਦਿਆਂ ਦੇ ਕਹਿੰਦਾ ਬੰਦਿਆਂ ਲਈ ਹੈ ਨਹੀਂਗੇ ਮੈਂ ਕਿੰਨਾ ਕੁ ਟਾਈਮ ਤੋਂ ਇਹ ਵੀ ਹੁਣ ਕਹਿੰਦਾ ਨਾ ਇਹ ਜੋ ਬਿਮਾਰੀ ਹੈ ਜੀ 30 ਸਾਲ ਦੀ ਚੱਲੀ ਆ ਰਹੀ ਹੈ 30 40 ਸਾਲ ਹੋ ਗਏ ਇਸ ਬਿਮਾਰੀ ਨੂੰ ਤੇ ਹੁਣ ਇਸ ਤੋਂ ਇਹ ਵੀ ਲੱਗ ਸਕਦਾ ਜੀ ਜਿਹੜੇ ਤੁਹਾਨੂੰ ਪਤਾ ਕਿ ਤੇਲਾਂਾਂ ਦੇ ਵਿੱਚ ਵੀ ਬਹੁਤ ਸਾਰੇ ਉਹਨਾਂ ਦੀ ਚਰਬੀ ਯੂਜ਼ ਕੀਤੀ ਜਾਂਦੀ ਹੈ ਕੀ ਪਤਾ ਕਿਹੜੀ ਗੱਲ ਕਿੱਥੇ ਪਹੁੰਚਦੀ ਹੈ ਤੁਹਾਡੇ ਨਾਲ ਮੜੀ ਇੱਕ ਸਾਂਝੀ ਕਰਨੀ ਹੀ ਗੱਲ ਚੱਲਦੀ ਹੈ ਜੀ ਯੂਰਪ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋ ਗਈ ਹੈ 2.5 ਲੱਖ ਸਭ ਤੋਂ ਪਹਿਲੇ ਨੰਬਰ ਤੇ ਇੰਗਲੈਂਡ ਦਾ 43646 ਇਟਲੀ ਦੇ ਵਿੱਚ 36543 ਤਕਰੀਬਨ ਸਪੇਨ ਦੇ ਵਿੱਚ 33700 ਤੋਂ ਤੇ ਫਰਾਂਸ ਦੇ ਵਿੱਚ 33300 ਤੇ ਰਸ਼ੀਆ ਹਾਂਜੀ ਰਸ਼ੀਆ ਦੇ ਵਿੱਚ ਵੀ ਜੇ ਦੇਖਿਆ ਜਾਵੇ ਤਾਂ 34187 ਜਿਹੜੇ ਕੇਸ ਆ ਗਏ ਨੇ ਤਕਰੀਬਨ 5 ਜਿਹੜੇ ਨੇੜੇ ਨੇੜੇ ਦੇ ਆਪਣੇ ਸਭ ਤੋਂ ਵੱਧ ਮਰਨ ਵਾਲੇ ਦੀ ਗਿਣਤੀ ਜੋ ਹੋ ਰਹੀ ਹੈ ਇਸ ਤੁਹਾਨੂੰ ਉਹ ਦੱਸ ਰਿਹਾ ਹਾਂ ਸਕੂਲਾਂ ਨੂੰ ਬੰਦ ਕਰੋ ਸਕੂਲਾਂ ਨੂੰ ਖੋਲੋ ਬੰਦ ਕਰੋ ਖੋਲੋ ਆਪਣੇ ਲੋਕਾਂ ਜੀ ਦੇ ਨਾਲ ਗੱਲਬਾਤ ਹੋ ਰਹੀ ਹੈ ਜੀ ਨਾਪਲੀ ਦੇ ਵਿੱਚ ਤਾਂ ਤਾਰ ਦੇ ਵਿੱਚ ਜਾ ਕੇ ਰਿਕੋਰਸੋ ਕਰ ਦਿੱਤੀਗੇ ਹੁਣ ਤੁਹਾਨੂੰ ਅਸੀਂ ਦੱਸਿਆ ਨਾ ਕਿ ਤਾਰ ਕੀ ਆ ਜੀ ਫਿਰ लवली ਨੇ ਕਰਨਾ ਸੀ ਚਿੱਟਾ ਨਹੀਂ ਹੋਇਆ ਚਿੱਟਾ ਹੋਰ ਹੋ ਗਿਆ ਕਾਲਾ ਇਦਾਂ ਦੀਆਂ ਜਿਹੜੀਆਂ ਰਿਕੋਰਸੋ ਹੁੰਦੀਆਂ ਉਹ ਵਾਲੀਆਂ ਜਾਂ ਫਿਰ ਹੋਰ ਕੋਈ ਬ੍ਰਾਂਡ ਹੋ ਸਕਦੀ ਹੈ ਨਾ ਨਹੀਂ ਜ਼ਰੂਰੀ ਨਹੀਂ ਵੀ ਅਸੀਂ ਇਹਦੀ ਗੱਲ ਕਰਦੇ ਆਂ ਰਿਕੋਰਸੋ ਕੀਤੀ ਜੀ ਆਪਣੇ ਲੋਕਾਂ ਦੇ ਆਰਟੀਨੈਂਸ ਦੇ ਖਿਲਾਫ ਜਿਹਦੇ ਵਿੱਚ ਸਾਫ਼-ਸਾਫ਼ ਲਿਖਿਆ ਕਿ ਇਹ ਜੋ ਕਾਨੂੰਨ ਆ ਇਹ ਕਾਨੂੰਨ ਸਰਕਾਰ ਦੇ ਕਾਨੂੰਨ ਦੇ ਖਿਲਾਫ ਆ ਇਸ ਕਰਕੇ ਨਾਪਲੀ ਦੇ ਵਿੱਚ ਕੰਪਨੀਆਂ ਦੇ ਵਿੱਚ ਜਿਹੜੇ ਸਕੂਲਾਂ ਨੂੰ ਬੰਦ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਹੈ ਜੀ ਉਹ ਹੁਣ ਹੋ ਸਕਦਾ ਉੱਥੇ ਦਾ ਰੱਦ ਖੋਲੇ ਜਾਣਗੇ ਸਕੂਲ ਤੇ ਜਿੱਦਾਂ ਹੀ ਹਾਂਜੀ ਜਿੱਦਾਂ ਹੀ ਇਹਨਾਂ ਦੀਆਂ ਮੰਮੀਆਂ ਨੇ ਬੱਚਿਆਂ ਦੀਆਂ ਮੰਮੀਆਂ ਨੇ ਜਾ ਕੇ ਤਾਰ ਦੇ ਵਿੱਚ ਅਪੀਲ ਕੀਤੀ ਕਿ ਸਕੂਲਾਂ ਨੂੰ ਖੋਲੋ ਸਕੂਲ ਬੰਦ ਨਹੀਂ ਹੋਣਾ ਚਾਹੀਦੇ ਉਦਾਂ ਹੀ ਜੇਕਰ ਕੋਈ ਚਾਹਵੇ ਉਸ ਉੱਥੇ ਜਾ ਕੇ ਵੀ ਅਪੀਲ ਕਰ ਸਕਦਾ ਸਕੂਲਾਂ ਨੂੰ ਬੰਦ ਕਰੋ ਸਾਡੇ ਬੱਚਿਆਂ ਨੂੰ ਡਾਰਵਾਜੀ ਕੱਲ ਰਾਤ ਬਾਪਰੀ ਕੋਸ ਐਸੀ ਕੁਝ ਇਦਾਂ ਦੀ ਘਟਨਾ ਵਾਪਰੀ ਕਿ ਜੀ ਰੈਜੋ ਅਮੀਲੀਆ ਦੇ ਵਿੱਚ ਰੈਜੋ ਮਿਲੀਆ ਦੇ ਵਿੱਚ ਚੱਲੀਆਂ ਗੋਲੀਆਂ ਤੇ ਰਾਤ ਨੂੰ 9 ਫਾਇਰ ਹੋਏ ਤੇ ਜਦੋਂ ਬੰਦਿਆਂ ਨੂੰ ਪੁੱਛਿਆ ਕਿ ਉਹਦੇ ਕੋਲੋਂ ਬਰੇਟਾ ਕਾਲੀਵਰ ਸਾਢੇ 6 ਸਾਢੇ 6 ਕਾਲੀਵਰ ਦਾ ਉਹਦੇ ਕੋਲੋਂ ਪਸਤਾਵ ਨਿਕਲਿਆ ਜਿਸ ਨੂੰ ਬਰੇਟਾ ਆ ਗਿਆ ਜਾਂਦਾ ਜੀ 9 ਫਾਇਰ ਕੀਤੇ ਤੇ ਫਾਇਰ ਕਰਨ ਦੀ ਗੱਲਬਾਤ ਕੀਤੀ ਜੀ ਜਿਹੜੇ ਉਹਦੇ ਕੋਲ ਮੁੰਡਾ ਹੀ ਉਹਨਾਂ ਗੱਲਬਾਤ ਹੋਈ 20 ਸਾਲ ਦਾ ਮੁੰਡਾ 43 ਸਾਲ ਦਾ ਜਿਹਨੇ ਗੋਲੀਆਂ ਚਲਾਈਆਂ ਪੁਲਸ ਵਾਲਿਆਂ ਨੇ ਜਦੋਂ ਉਹਨੂੰ ਫੜਿਆ ਹਾਂ ਵੀ ਗੱਲਬਾਤ ਕੀਤੀ ਉਹ ਕਹਿੰਦਾ ਜੀ ਇਹਨੇ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕੀਤੀ ਇਸ ਕਰਕੇ ਅਸੀਂ ਗੋਲੀਆਂ ਚਲਾਤੀਆਂ ਇਹ ਹੋ ਸਕਦਾ ਵੀ ਇਹਨੇ ਵੀ ਗਾਣਾ ਸੁਣਿਆ ਹੋਵੇਗਾ ਮਿੱਤਰਾਂ ਨੂੰ ਸ਼ੌਂਕ ਇਦਾਂ ਦੇ ਇਹਨੇ ਗਾਣੇ ਸੁਨੇ ਹੋਣਗੇ ਗਾਣਿਆਂ ਦਾ ਪ੍ਰਭਾਵ ਵੀ ਹੋ ਸਕਦਾ ਪਿਆ ਹੋਊਗਾ ਜੀ ਹੁਣ ਇਸ ਟਾਈਮ ਜੋਧ ਕੋਲ ਪਿਸਤੌਲ ਬਰਾਮਦ ਕੀਤਾ ਗਿਆ ਜੀ ਉਹ ਪਿਸਤੌਲ ਵੀ ਚੋਰੀ ਦਾ ਹੈ ਤੇ ਉਸ ਜੋ ਜੋ ਬੰਦਾ ਹੀ ਜਿਹਦੇ ਨਾਲ ਰਿਸਪੈਕਟ ਨਾਲ ਗੱਲ ਨਹੀਂ ਕੀਤੀ ਸ਼ਾਇਦ ਇੱਕ ਕਾਨੇ ਤੇ ਛੜਦਾ ਤਾਂ ਗੱਲ ਹੋਰ ਹੁੰਨੀ ਸੀ ਆ ਜਿਹੜੀਆਂ 9 ਗੋਲੀਆਂ ਛੜਦੀਆਂ ਗੱਲ ਕੁਝ ਹੋਰ ਤਾਂ ਹੋਰ ਹੋਗੀ ਤੇ ਹੁਣ ਜਿਹੜੀ ਗੱਲ ਹੋਰ ਤੋਂ ਹੋਰ ਹੋਈ ਹੈ ਇਹ 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 ਹੋਈ ਹੈ ਜੀ ਇਰਾਦਾ ਕਤਲ ਦਾ ਉੱਤੇ ਕੇਸ ਪੈ ਗਿਆ ਪਲੱਸ ਉੱਤੇ ਜਿਹੜਾ ਚੋਰੀ ਦਾ ਜਿਹੜਾ ਕੀ ਨਾ ਲਾਇਸੈਂਸੀ ਅਸਲਾ ਹੁੰਦਾ ਨਾ ਲਾਇਸੈਂਸੀ ਅਸਲਾ ਜਿਹਦੇ ਕੋਲ ਨਹੀਂ ਮਿਲਿਆ ਇਸ ਕਰਕੇ ਉਹਦੇ ਕੋਲ ਚੋਰੀ ਦਾ ਉਸ ਤੋਂ ਲੋਸਾ ਰੱਖਣ ਕਰਕੇ ਉਹਦੇ ਸਿਰ ਕੇਸ ਵੀ ਹੋ ਗਿਆ ਇਸ ਕਰਕੇ ਜੇਕਰ ਕਿਸੇ ਵੀ ਬੰਦੇ ਕੋਲ ਸ਼ਰਲੇ ਮਾਰਨ ਵਾਲੇ ਜਾਂ ਕਬੂਤਰ ਮਾਰਨ ਵਾਲੀਆਂ ਜੜੀਆਂ ਵੀ ਜਾਂ ਕਿਸੇ ਵੀ ਪ੍ਰਕਾਰ ਦਾ ਅ ਹੈ ਹਥਿਆਰ ਹੈ ਤੇ ਉਹਨੂੰ ਨਾ ਵਰਤੋ ਜੀ ਕਿਉਂਕਿ ਇਹਦੇ ਨਾਲ ਦੇ ਕੇਸ ਵੀ ਹੋ ਜਾਂਦੇ ਨੇ ਤੇ ਇਦਾਂ ਤੁਹਾਨੂੰ ਅਸੀਂ ਕਿਉਂ ਦੱਸਿਆ ਕਿਉਂਕਿ ਇੱਕ ਵਾਰ ਇੱਕ ਚੋਰ ਇੱਕ ਘਰ ਦੇ ਵਿੱਚ ਚੋਰੀ ਕਰਨ ਆਇਆ ਜੀ ਘਰ ਚੋਰੀ ਕਰਨ ਆਇਆ ਵਾਈਗੁਰ ਹਾਸ ਆ ਗਿਆ ਜੀ ਕਾਰਜੇ ਤੋਂ ਚੋਰੀ ਕਰਨ ਲੱਗਾ ਉਹਨੇ ਕੰਧ ਟੱਪੀ ਤੇ ਉਹਦੀ ਲੱਤ ਟੁੱਟ ਗਈ ਤੇ ਉਹਨੇ ਫਿਰ ਉਸ ਜਿਹਦੇ ਕਾਰ ਚੋਰੀ ਕਰਨ ਐ ਸੀ ਉਹਦੇ ਸਿਰ ਕੇਸ ਕਰਤਾ ਕਿ ਜਿਹੜੀ ਇਹਦੀ ਕੰਧ ਸੀ ਬਹੁਤ ਜ਼ਿਆਦਾ ਉੱਚੀ ਸੀ ਜਿਸ ਕਾਰਨ ਮੇਰੀ ਨਾ ਕੰਧ ਟੱਪਣ ਕਰਕੇ ਮੇਰੀ ਲੱਤ ਟੁੱਟ ਗਈ ਤੇ ਜਿਹਦੇ ਕਾਰ ਚੋਰੀ ਕਰਨ ਚੋਰ ਆਇਆ ਸੀ ਉਹਨੂੰ ਚੋਰ ਨੂੰ ਪੈਸੇ ਵੀ ਦੇਣੇ ਪਏ ਹਾਂਜੀ ਇਦਾਂ ਵੀ ਹੋ ਸਕਦਾ ਇਸ ਕਰਕੇ ਕਿਸੇ ਦੀ ਕਾਰ ਬਹੁਤ ਵੱਡੀ ਹੋਵੇ ਤਾ ਉਹਦੇ ਤੇ ਬੰਦਾ ਚੋਰੀ ਕਰਨ ਦੇ ਬਹਾਨੇ ਲੱਤ ਜੀ ਟੁੱਟ ਜਾਏ ਤਾਂ ਉਹਦੇ ਸਿਰ ਅਹ ਮੁਆਵਜ਼ਾ ਹਾਂਜੀ ਮੁਆਵਜ਼ਾ ਵੀ ਲੈ ਸਕਦਾ ਲੱਤ ਟੁੱਟੀ ਦਾ ਪਰ ਇਦਾਂ ਦੇ ਜਿਹੜੇ ਪੈਸੇ ਆ ਵਾਹਿਗੁਰੂ ਸੱਚੇ ਵਾਸ ਰੱਬ ਹੀ ਬਚਾਵੇ ਇਦਾਂ ਦੇ ਪੈਸੇ ਤੋਂ ਚੱਲਦੇ ਆ ਜੀ ਇੱਕ ਹੋਰ ਖਬਰ ਵਾਲ ਜੋ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਵਧੀਆ ਲੱਗਣੀ ਹੈ ਕਿਹੜੀ ਖਬਰ ਹੈ ਜੀ ਕਿ ਸਰਕਾਰ 2021 ਦੇ ਵਿੱਚ ਕਰਨ ਜਾ ਰਹੀ ਹੈ ਜੀ 300 ਕਰੋੜ ਰੋ ਰੱਖਣ ਲੱਗੀ ਹੈ 2021 ਦੇ ਲਈ ਜਿਹਦੇ ਵਿੱਚ 2.5 200 ਤੋਂ ਲੈ ਕੇ 250 ਰੋ ਮਿਲਣਗੇ ਤੁਹਾਨੂੰ ਹਰ ਇੱਕ ਬੱਚੇ ਦੇ ਲਈ ਜਿੰਨੇ ਤੁਹਾਡੇ ਬੱਚੇ ਆ ਵੱਡੀ ਫੈਮਿਲੀ ਛੋਟਾ ਪਰਿਵਾਰ ਸੁਖੀ ਪਰਿਵਾਰ ਵੱਡਾ ਪਰਿਵਾਰ ਹੋਰ ਵੀ ਸੁਖੀ ਪਰਿਵਾਰ 200 ਤੋਂ 250 ਰੋ ਹਰ ਇੱਕ ਬੱਚੇ ਨੇ ਮਿਲਿਆ ਕਰਨਾ 2021 ਤੋਂ ਇਹ ਸ਼ੁਰੂਆਤ ਹੋਣੀ ਹੈ ਤੇ ਇਸ ਟਾਈਮ ਗੱਲਬਾਤ ਚੱਲ ਰਹੀ ਹੈ ਪੱਕਾ ਕੁਝ ਨਹੀਂ ਹੈਗਾ ਇਹਦਾ ਨਾਮ ਅਸੇਂ ਯੂਨਿਕ ਹੋਇਆ ਕਰਨਾ ਤੇ ਫਿਲਹਾਲ ਜਿਹੜੀ ਗੱਲਬਾਤ ਚੱਲੀ ਜਾ ਰਹੀ ਹੈ ਜਿਨ੍ਹਾਂ ਬੱਚਿਆਂ ਦੀ ਉਮਰ ਜਿਨ੍ਹਾਂ ਦੀ ਉਮਰ ਜਿਨ੍ਹਾਂ ਦੇ ਬੱਚਿਆਂ ਦੀ ਉਮਰ 21 ਸਾਲ ਤੱਕ ਵੀ ਹੋ ਜਾਏਗੀ ਉਹਨਾਂ ਨੂੰ ਵੀ ਪੈਸੇ ਪਰਸੈਂਟੇਜ 'ਚ ਥੋੜੇ ਘੱਟ ਪਰ ਕੋਈ ਨਾ ਕੋਈ ਸਰਕਾਰ ਉਹਨਾਂ ਲਈ ਵੀ ਕਰੇਗੀ ਪਰ ਫਿਲਹਾਲ ਜੀ ਕੋਈ ਫਾਈਨਲ ਨਹੀਂ ਹੈਗਾ ਅਸੀਂ ਤੁਹਾਨੂੰ ਉਹੀ ਦੱਸ ਰਹੇ ਹਾਂ ਜੋ ਅਖਬਾਰਾਂ ਦੇ ਵਿੱਚ ਲਿਖਿਆ ਰਿਹਾ ਜੋ ਸਰਕਾਰ ਕਹਿ ਰਹੀ ਹੈ ਜੋ ਇਹਨਾਂ ਦੇ ਪ੍ਰੋਜੈਕਟ ਵਾ ਬਾਕੀ ਜਦੋਂ ਫਾਈਨਲ ਹੋ ਗਿਆ ਤਾਂ ਅਸੀਂ ਤੁਹਾਨੂੰ ਉਹ ਵੀ ਦੱਸ ਦਵਾਂਗੇ ਦੇ ਇੱਕ ਹੋਰ ਬਹੁਤ ਜ਼ਰੂਰੀ ਸੂਚਨਾ ਤੁਹਾਨੂੰ ਦੇਣੇ ਜਾਵਾਂਗੇ ਜੀ ਕਿ ਇੱਕ ਸ਼ਹਿਰ ਦੇ ਵਿੱਚ ਅੱਧੀ ਰਾਤ ਦਾ ਟਾਈਮ ਸੀ ਅੱਧੀ ਰਾਤ ਦਾ ਟਾਈਮ ਸੀ ਤੇ ਪੁਲਿਸ ਨੂੰ ਫੋਨ ਕੀਤਾ ਜੀ ਸਾਡੇ ਥੱਲੇ ਇੱਕ ਪ੍ਰਾਈਵੇਟ ਪਾਰਟੀ ਚੱਲ ਰਹੀ ਹੈ ਜੀ ਜਿਹਦੇ ਵਿੱਚ ਬਿਨਾ ਮਾਸਕ ਤੋਂ ਸਾਰੇ ਘੁੰਮ ਰਹੇ ਆ ਕਿਸੇ ਨੇ ਮਾਸਕ ਨਹੀਂ ਪਾਇਆ ਪੁਲਸ ਵਾਲੇ ਪਹੁੰਚ ਜene ਕਹਿੰਦੇ ਨੇ ਲੈ ਵੀ ਅੱਜ ਵੱਡੀ ਮਛਲੀ ਹੱਥ ਲੱਗੂਗੀ ਜਦੋਂ ਦੇਖਦੇ ਆ ਕੀ ਆ ਜੀ ਉੱਥੇ ਇੱਕ ਬਾਰਵਾ ਸਾਰੇ ਬੰਦਿਆਂ ਨੇ ਮਾਸਕ ਲਾਇਆ ਤੇ 1 ਮੀਟਰ ਦੀ ਦੂਰੀ ਤੇ ਬੈਠੇ ਆ ਅਤੇ ਇਦਾਂ ਕੀ ਹੁੰਦਾ ਜੀ ਹੁਣ ਬਹੁਤ ਸਾਰੇ ਬੰਦਿਆਂ ਦੇ ਵਿੱਚ ਡਰ ਵੀ ਪੈਦਾ ਹੋ ਗਿਆ ਉਹ ਵੀ ਆਪ ਹੀ ਪੁਲਿਸ ਵਾਲਿਆਂ ਨੂੰ ਬੁਲਾ ਰਹੇ ਇਦਾਂ ਹੀ ਵਿਆਹ ਸ਼ਾਦੀਆਂ ਦੇ ਵਿੱਚ ਵੀ ਇਦਾਂ ਹੋ ਰਿਹਾ ਜੀ ਜਿਹੜਾ ਜੇ ਕਿਸੇ ਰਿਸ਼ਤੇਦਾਰ ਨੂੰ ਛੱਡ ਦੋ ਤਾਂ ਆਪ ਰਿਸ਼ਤੇਦਾਰ ਸ਼ਾਇਦ ਹੋ ਸਕਦਾ ਕਿ ਹੋਰ ਕੋਈ ਕਰੇ ਨਾ ਕਰੇ ਜਿਹਨੂੰ ਬੰਦੇ ਨੂੰ ਘਰ ਛੱਡਿਆ ਉਹ ਵੀ ਬੰਦਾ ਕਰ ਸਕਦਾ ਫੋਨ ਵੀ ਮੈਨੂੰ ਲੈ ਕੇ ਨਹੀਂ ਗਿਆ ਤੇ ਅਸੀਂ ਵੀ ਮੜਾ ਜੇ ਇਹਨਾਂ ਨੂੰ ਪਛਾਣਨੇ ਆ ਪਰ ਉਹਨੇ ਫਿਰ ਅਸੀਂ ਵੀ ਆਪਣੇ ਵੱਲੋਂ ਭੇਜ ਦਿਆ ਚਲੋ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹ ਸੀ ਸਾਡੀਆਂ ਜਿਹਦੀਆਂ ਕੁਝ ਖ਼ਬਰਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀਆਂ ਅੱਜ ਦੀਆਂ ਖ਼ਬਰਾਂ ਵੀ ਵਧੀਆ ਲੱਗੀਆਂ ਹੋਣਗੀਆਂ ਤੁਹਾਡਾ ਸਵਾਲ ਹੁਣ ਹੋਣਾ ਚਾਹੀਦਾ ਨਵੇਂ ਕਾਨੂੰਨ ਬਾਰੇ ਅਸੀਂ ਕਿਉਂ ਨਹੀਂ ਦੱਸਿਆ ਨਵੇਂ ਕਾਨੂੰਨ ਬਾਰੇ ਜਿੰਨਾ ਵੀ ਸਾਨੂੰ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਡੀਆਂ ਵੀਡੀਓ ਦੇ ਵਿੱਚ ਅਸੀਂ ਪਹਿਲਾਂ ਹੀ ਦੱਸਿਆ ਕਿ ਸਰਕਾਰ ਕੀ ਕਰਨਾ ਚਾਹੁੰਦੀ ਹੈ ਰਾਤ ਨੂੰ 9 ਵਜੇ ਤੋਂ ਬਾਅਦ ਸਾਰੀਆਂ ਦੁਕਾਨਾਂ ਬੰਦ ਰੈਸਟੋਰੈਂਟ ਬੰਦ ਜਿਹੜੀਆਂ ਸ਼ਰਾਬ ਆ 6 ਵਜੇ ਤੋਂ ਬਾਅਦ ਨਹੀਂ ਵੇਚ ਸਕਦੇ ਇਹਨਾਂ ਸਾਰੀਆਂ ਗੱਲਾਂ ਅਸੀਂ ਦੇਖ ਰਹੇ ਕਿ ਸਿਟੀ ਜੁਜ਼ੇਪੇ ਕੋਨਤੇ ਜੀ ਨੇ ਰਾਤ ਨੂੰ ਪਹਿਲਾਂ ਪਹਿਲਾਂ ਸ਼ਾਮੀ 6 ਵਜੇ ਫਿਰ ਕਹਿ ਰਹੇ ਸੀਗੇ 8 ਵਜੇ ਹੁਣ 8:30 ਹੋ ਗਿਆ ਇਸ ਤੇ ਹਜੇ ਤੱਕ ਆਨਲਾਈਨ ਹੀ ਆਏ ਤੇ ਕਹਿੰਦੇ ਆ ਕਿ ਇਤਿਹਾਸ ਗਵਾ ਹੈ ਜਦੋਂ ਕਿਸੇ ਵੀ ਕੰਟਰੀ ਦਾ ਪ੍ਰਧਾਨ ਮੰਤਰੀ ਮੁਖੀਆ ਕੁਝ ਜਿਆਦਾ ਰਾਤ ਨੂੰ ਲੇਟ ਆਂਦਾ ਤਾਂ ਉਹ ਕੋਈ ਨਾ ਕੋਈ ਤਕੜੀ ਹੀ ਨਿਊਜ਼ ਲੈ ਕੇ ਆਂਦਾ ਹੁਣ ਦੇਖਦੇ ਆ ਜੀ ਇੰਨਾ ਟਾਈਮ ਹੋ ਗਿਆ ਆਨਲਾਈਨ ਨਹੀਂ ਆਇਆ ਅਸੀਂ ਲਾਈਵ ਡੀਕ ਰਹੀ ਸੀ ਕਿ ਤੁਹਾਨੂੰ ਜਿਹੜਾ ਅਪਡੇਟ ਵੀ ਲਾਈਵ ਦੇ ਵਿੱਚ ਕਰੀਏ ਦੇਖਦੇ ਆ ਜੀ ਹੁਣ ਜਿਸ ਟਾਈਮ ਇਹ ਆਪਣਾ ਲਾਈਵ ਆਉਗੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਇਹਨਾਂ ਨੇ ਕਿਹੜਾ ਨਵਾਂ ਸੱਪ ਕੱਢਿਆ ਸਰਕਾਰ ਨੇ ਕਿਉਂਕਿ ਬਹੁਤ ਸਾਂ ਹੁੰਦਾ ਨਾ ਜੋ ਬਹੁਤ ਸਾਂ ਕੀ ਹੁੰਦਾ ਜਿਹਦੇ ਵਿੱਚ ਸਰਕਾਰ ਸਾਦੀ ਲਿਖਦੀ ਹੈ ਵੀ ਅਸੀਂ ਸਾਡਾ ਆ ਪ੍ਰੋਜੈਕਟ ਤੇ ਉਸ ਵੇਲੇ ਜਦੋਂ ਸਾਈਨ ਕਰਦੇ ਆ ਸਾਰੇ ਵੋਟਾਂ ਪਾਉਂਦੇ ਆ ਉਸ ਵੇਲੇ ਉਸ ਕਾਨੂੰਨ ਉਸ ਬਹੁਤ ਸੇ ਨੂੰ ਚੇਂਜ ਵੀ ਕਰ ਸਕਦੇ ਆ ਤੇ ਫਿਲਹਾਲ ਸਕੂਲ ਖੁੱਲੇ ਰਹਿਣੇ ਆ ਜੀ 메ਨ ਜਿਹੜੀ ਗੱਲ ਆ ਕਰਫਿਊ ਦੀ ਚੱਲ ਰਹੀ ਹੈ ਕਿ ਸਾਰੇ ਇਟਲੀ ਦੇ ਵਿੱਚ ਸ਼ਾਇਦ ਰਾਤ ਦੇ 10 ਵਜੇ ਤੋਂ ਬਾਅਦ ਕਰਫਿਊ ਲੱਗਣਾ ਜੋ ਆਪਣੇ ਅ ਲੋਕਾ ਜੀ ਨੇ ਕੀਤਾ ਵਿਨਚੈਂਸੋ ਦੇ ਲੋਕਾਂ ਨੇ ਕੰਪਾਨੀਆਂ ਦੇ ਵਿੱਚ ਕੀਤਾ ਤੇ ਉਸ ਤੋਂ ਬਾਅਦ ਜੁਰਮਾਨੇ ਹੋਰ ਹੋਣੇ ਸ਼ੁਰੂ ਕਰਨਗੇ ਸ਼ਾਮ ਦੇ 6 ਵਜੇ ਤੋਂ ਬਾਅਦ ਸ਼ਰਾਬ ਨਹੀਂ ਪੀਣੀ ਚਾਹ ਦੁਕਾਨਾਂ ਦੇ ਮੋੜੇ ਖੜਨਾ ਨਹੀਂ ਇਹ ਉਹ ਗੱਲਾਂ ਜੋ ਅ ਅਸੀਂ ਪਹਿਲੇ ਹੀ ਆਪਣੀਆਂ ਆਪਣੇ ਜਿਹੜੇ ਆ ਵੀਡੀਓ ਦੇ ਵਿੱਚ ਕਰ ਚੁੱਕੇ ਆ ਮਿਲਦੇ ਆ ਜੀ ਆਪਣੇ ਅਗਲੇ ਐਪੀਸੋਡ ਦੇ ਵਿੱਚ ਹਰ ਰੋਜ਼ ਸਾਡਾ ਇੱਕ ਪ੍ਰੋਗਰਾਮ ਆਉਂਦਾ ਜੀ ਸਵਾਲ ਤੁਹਾਡੇ ਜਵਾਬ ਸਾਡੇ ਐਪੀਸੋਡ ਨੰਬਰ 5 ਉਹ ਉਹਨੂੰ ਤੁਸੀਂ ਜਿਹੜਾ ਤੁਹਾਡੇ ਸਵਾਲ ਸਾਡੀ ਵੈਬਸਾਈਟ ਤਾਂ ਪੰਜਾਬੀ.com ਉੱਤੇ ਜਾ ਕੇ ਆਪਣਾ ਕੋਈ ਵੀ ਸਵਾਲ ਤੁਸੀਂ ਸਾਨੂੰ ਪੁੱਛ ਸਕਦੇ ਆ ਦੱਸ ਸਕਦੇ ਆ ਫਿਰ ਉਸ ਸਵਾਲ ਦਾ ਜਵਾਬ ਅਗਲੀ ਜਿਹੜੀ ਆਉਣ ਵਾਲੀ ਵੀਡੀਓ ਹੁੰਦੀ ਸੀ ਉਹਦੇ ਵਿੱਚ ਦਇਆ ਹਰ ਰੋਜ਼ ਉਹਦੀ ਵੀਡੀਓ ਦੱਸ ਹਰ ਰੋਜ਼ ਤੁਹਾਡੇ ਸਵਾਲਾਂ ਦੇ ਜਵਾਬ ਆਪਣੀਆਂ ਵੀਡੀਓ ਦੇ ਵਿੱਚ ਅਸੀਂ ਦੇਣ ਦੀ ਕੋਸ਼ਿਸ਼ ਕਰਦੇ ਆ ਤਾਂ ਜੋ ਹਰ ਇੱਕ ਬੰਦੇ ਨੂੰ ਜਿੰਨੇ ਵੀ ਹੈ ਸਾਰੇ ਦੇ ਸਾਰੇ ਸਵਾਲ ਸਵਾਲਾਂ ਦੇ ਜਵਾਬ ਮਿਲ ਸਕਣ ਹਾਂਜੀ ਜਿਹੜਾ ਵੀ ਸਵਾਲ ਉੱਥੇ ਪੁੱਛਿਆ ਜਾਂਦਾ ਉਹਦਾ ਜਵਾਬ ਅਸੀਂ ਜ਼ਰੂਰ ਦੇਈਦਾ ਫਿਰ ਚਾਹੇ ਸਾਨੂੰ ਹੋਰ ਕੋਈ ਘੰਟਾ ਨਾ ਲਾ ਕੇ ਸਰਚ ਕਰਨੀ ਪਵੇ ਤੇ ਇਹ ਸੀ ਹਾਂਜੀ ਇੱਕ ਹੋਰ ਗੱਲਬਾਤ ਚੱਲ ਰਹੀ ਹੈ ਜੀ ਸਰਕਾਰ ਕਹਿ ਰਹੀ ਹੈ ਕੰਮ ਅਤੇ ਕੰਮ ਅਤੇ ਸਕੂਲ ਇਹਨੂੰ ਅਸੀਂ ਪਹਿਲ ਦੇਣੀ ਹੈ ਬਾਕੀ ਗੱਲਾਂ ਫਿਰ ਦੇਖਾਂਗੇ ਸਕੂਲ ਕਿਸੇ ਕਿਸੇ ਬਸ ਇਹ ਵੀ ਗੱਲ ਹੋਣ ਰਹੀ ਹੈ ਕਿ ਜਿਹੜੇ ਅੱਠਵੀਂ ਤੋਂ ਉੱਤੇ ਦੇ ਸਕੂਲ ਨੇ ਨਾ ਜਿਨ੍ਹਾਂ ਨੂੰ ਅਸੀਂ ਸੁਪਰੀਅਰੀ ਕਹਿੰਦੇ ਆਂ ਅੱਠਵੀਂ ਦੇ ਉੱਤੇ ਵਾਲੇ ਸਕੂਲ ਜਾਂ ਕਾਲਜ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਆ ਉਹ ਜਿੰਨੇ ਵੀ ਹੈਗੇ ਉਹਨਾਂ ਦੇ ਵਿੱਚ ਕਿਸੇ ਕਿਸੇ ਦੇ ਵਿੱਚ ਦਿਸਤਾਨ ਦੀ ਦਾਤੀਕਾ ਆਦਿਸਤਾਨ ਦਾ ਦੀ ਗੱਲਬਾਤ ਆ ਰਹੀ ਹੈ ਦਿਸ ਦੀ ਦਾਤੀਕਾ ਦੀਸਤਾਨ ਦਾ ਕੀ ਹੁੰਦਾ ਫਿਰ ਕਰੋ ਬੈਠ ਕੇ ਘਰ ਬੈਠ ਕੇ ਪੜੋ ਜਾਂ ਫਿਰ ਉਹ ਕਹਿ ਰਹੇ ਨੇ ਕਿ ਸਕੂਲਾਂ ਦਾ ਟਾਈਮ ਥੋੜਾ ਅੱਗੇ ਪਿੱਛੇ ਕਰਨਾ ਛੁੱਟੀ ਦਾ ਟਾਈਮ ਅੱਗੇ ਪਿੱਛੇ ਕਰਾ ਬਣਾ ਬਾਕੀ ਜਦੋਂ ਆਨਲਾਈਨ ਆਂਦੇ ਆ ਲਾਈਵ ਹੁੰਦੇ ਆ ਤਾਂ ਫਿਰ ਦੇਖਦੇ ਆ ਫਿਰ ਤੁਹਾਨੂੰ ਆਪਣੀ ਵੈਬਸਾਈਟ ਉੱਤੇ ਪਹਿਲੇ ਲਿਖ ਕੇ ਦੇਵਾਂਗੇ ਫਿਰ ਇੱਕ ਸਪੈਸ਼ਲ ਵੀਡੀਓ ਬਣਾਈ ਜਾਊਗੀ ਕਿਹੜਾ ਕੀ ਅੱਜ ਨਵਾਂ ਉਹਨਾਂ ਨੇ ਕੀਤਾ ਤੇ ਇੰਗਲੈਂਡ ਦਾ ਵੀ ਇੱਕ ਹੋਰ ਅਪਡੇਟ ਸੀ ਜਿਹੜਾ ਤੁਹਾਨੂੰ ਅਸੀਂ ਜ਼ਰੂਰ ਦੱਸਣਾ ਚਾਹਨੇ ਆਂ ਜੀ ਮਾਈਕਲ ਗੋਵ ਜੀ ਕਹਿ ਰਹੇ ਨੇ ਜੋ ਕਿ ਬੋਰਿਸ ਜੌਨਸਨ ਦੀ ਸੱਜੀ ਜਾਂ ਫਿਰ ਖੱਬੀ ਬਾਣ ਉਹ ਕਹਿ ਰਹੇ ਨੇ ਜੀ ਕਿ ਇੰਗਲੈਂਡ ਦੇ ਵਿੱਚ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਨਵਾਂ ਲੋਕਡਾਊਨ ਨਹੀਂ ਲੱਗਣਾ ਜਿਹਦੇ ਨਾਲ ਬਹੁਤ ਹੀ ਵਧੀਆ ਗੱਲਬਾਤ ਸਾਹਮਣੇ ਹੈ ਦੇਸ਼ ਵਾਸੀਆਂ ਦੇ ਲਈ ਬਹੁਤ ਹੀ ਵਧੀਆ ਉਹਨਾਂ ਨੇ ਇੱਕ ਮੈਸੇਜ ਛੱਡਿਆ ਜੀ ਤੇ ਇਹਦੇ ਨਾਲ ਆਪਣੀਆਂ ਖਬਰਾਂ ਇੱਥੇ ਸਮਾਪਤ ਕਰਦੇ ਹਾਂ ਜੀ ਆਪਣੀ ਸਾ ਆਪਾ ਉਡੀਕ ਉਡੀਕੇ ਵੀ ਥੱਕ ਗਏ ਹਾਂ ਅਸੀਂ ਹੁਣ ਵੀਡੀਓ ਹੀ ਪਾਉਣ ਲੱਗੇ ਹਾਂ ਵੀਡੀਓ ਸਾਡੀ ਪਹਿਲੇ 20 ਮਿੰਟ ਦੀ ਹੋ ਗਈ ਜੇ ਹੁਣ ਅਸੀਂ ਇਹਦੇ ਵਿੱਚ ਨਵੇਂ ਕਾਨੂੰਨ ਬਾਰੇ ਦੱਸਿਆ ਤਾਂ ਹੋਰ 15 20 ਮਿੰਟ ਲੰਬੀ ਹੋ ਜਾਣੀਆ ਤੁਹਾਨੂੰ ਸਾਡੀ ਇਹ ਖਬਰਾਂ ਕਿੰਦਾਂ ਦੀ ਲੱਗਦੀਆਂ ਚੈਨਲ ਕਿੰਦਾਂ ਦਾ ਲੱਗਦਾ ਲਿਖ ਕੇ ਜਰੂਰ ਦੱਸੋ ਲਾਈਕ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਤਿਆਰ ਰੱਖੋ ਜੀ ਤੁਸੀਂ ਸੁਣੋ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਮਿਲਦੇ ਹਾਂ ਜੀ ਆਪਣੇ ਨੈਕਸਟ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੀ ਘਰ ਪਰਿਵਾਰ ਦਾ ਖਿਆਲ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ